ਸੂਬੇ ਨੂੰ ਬਰਬਾਦ ਕਰਨ 'ਚ ਕਾਂਗਰਸ ਭਾਜਪਾ ਨੇ ਕਸਰ ਨਾ ਛੱਡੀ। ਐਡਵੋਕੇਟ ਰਾਜ ਗੁਲਜਿੰਦਰ ਸਿੰਘ ਸਿੱਧੂ। ਨਗਰ ਕੌਂਸਲ ਟਟਵਾੜਾ ਦੀ ਹੋਣ ਜਾ ਰਹੀ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ 'ਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਯੂਥ ਅਕਾਲੀ ਦਲ ਦੇ ਐਡਵੋਕੇਟ ਰਾਜ ਗੁਲਜਿੰਦਰ ਸਿੰਘ ਸਿੱਧੂ ਵੱਲੋਂ ਇੱਥੇ ਵਾਰਡ ਨੰਬਰ 1 ਵਿੱਚ ਉਮੀਦਵਾਰ ਸ਼੍ਰੀ ਮਤੀ ਬਲਜੀਤ ਕੌਰ ਪਤਨੀ ਵਿਕਰਮਪਾਲ ਸਿੰਘ ਪ੍ਰਧਾਨ BC ਵਿੰਗ ਤਲਵਾੜਾ ਸਹਿਰੀ ਪ੍ਰਧਾਨ ਦੀ ਪਤਨੀ ਹੈ। ਵਾਰਡ ਨੰਬਰ 1 ਤੋਂ ਉਮੀਦਵਾਰ ਨੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ। ਉੱਥੇ ਮੀਟਿੰਗਾਂ 'ਚ ਪੁੱਜੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਅਕਾਲੀ ਦਲ ਵੱਲੋਂ ਭਵਿੱਖ 'ਚ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਭਾਵੇਂ ਕਾਂਗਰਸ ਅਤੇ ਭਾਜਪਾ ਸੱਤਾ ਦੇ ਨਸ਼ੇ 'ਚ ਧੱਕੇਸ਼ਾਹੀ ਨਾਲ ਜਿੱਤ ਪ੍ਰਾਪਤ ਕਰਨਾ ਚਾਹੁੰਦੀਆਂ ਹਨ, ਪਰ ਇਹਨਾਂ ਪਾਰਟੀਆਂ ਦੇ ਆਗੂ ਇਹ ਗੱਲ ਭੁੱਲ ਚੁੱਕੇ ਹਨ ਕਿ ਲੋਕਾਂ ਦੇ ਦਿਲਾਂ ਨੂੰ ਪਿਆਰ ਨਾਲ ਜਿੱਤਿਆ ਜਾ ਸਕਦਾ ਹੈ ਅਤੇ ਜਿੱਥੇ ਕਿਤੇ ਵੀ ਧੱਕੇਸ਼ਾਹੀ ਹੋਈ ਹੈ ਉੱਥੇ ਪੰਜਾਬ ਦੇ ਲੋਕਾਂ ਨੇ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਐਡਵੋਕੇਟ ਰਾਜ ਗੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦਾ ਇੱਕੋ ਇੱਕ ਏਜੰਡਾ ਵਿਕਾਸ ਹੈ ਜਿਸ ਨੂੰ ਹਰ ਹਾਲ 'ਚ ਪੂਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੀ ਸਰਕਾਰ ਵੱਲੋਂ ਕੀਤੇ ਵਿਕਾਸ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ। ਇਸੇ ਕਾਰਨ ਹੀ ਇਹਨਾਂ ਚੋਣਾਂ 'ਚ ਲੋਕ ਅਕਾਲੀ ਦਲ ਦੇ ਪੱਖ ਵਿੱਚ ਆਉਣਗੇ। ਅੱਜ ਦੀ ਜੋ ਇਹ 22 ਇਲੈਕਸ਼ਨ ਤਲਵਾੜਾ ਵਿਖੇ ਵਾਰਡ ਨੰਬਰ 1  'ਚ ਹੋ ਰਹੀ ਹੈ, ਉਹਦੇ ਸੰਬੰਧ 'ਚ ਇਹ ਮੀਟਿੰਗ ਰੱਖੀ ਗਈ ਸੀ। ਸਾਡੇ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਬਲਜੀਤ ਕੌਰ ਜੀ ਜੋ ਤੱਕੜੀ ਦੇ ਚੋਣ ਨਿਸ਼ਾਨ 'ਤੇ ਲੜ ਰਹੇ ਨੇ, ਉਹਨਾਂ ਦੇ ਹੱਕ 'ਚ ਅੱਜ ਚੋਣ ਪ੍ਰਚਾਰ ਕਰਨ ਹਿੱਤ ਵਾਰਡ ਨੰਬਰ 1 ਦੇ ਨਿਵਾਸੀਆਂ ਵੱਲੋਂ ਇਹ ਮੀਟਿੰਗ ਕੀਤੀ ਗਈ। ਮੈਂ ਇਸ ਸਮੇਂ ਸਾਰੇ ਹੀ ਵਾਰਡ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਜੋਸ਼ ਉਤਸ਼ਾਹ ਨਾਲ ਇਸ ਮੀਟਿੰਗ 'ਚ ਹਿੱਸਾ ਲਿਆ ਅਤੇ ਅੱਜ ਇਹ ਲੋਕ ਭਲੀ ਭਾਂਤੀ ਜਾਣੂ ਨੇ ਕਿ ਪਿਛਲੇ 4.5 ਸਾਲ 'ਚ ਪੰਜਾਬ 'ਚ ਕਾਂਗਰਸ ਸਰਕਾਰ ਨੇ ਇੱਕ ਵੀ ਵਿਕਾਸ ਦਾ ਕੰਮ ਨਹੀਂ ਕੀਤਾ, ਸਗੋਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਵੇਲੇ ਕੀਤੇ ਕਾਰਜ ਸੀ ਉਹ ਵੀ ਕਾਰਜ ਸਾਰੇ ਇਹਨਾਂ ਨੇ ਠੱਪ ਕਰਕੇ ਰੱਖ ਦਿੱਤੇ। ਜਿੰਨੀਆਂ ਵੀ ਗਰੀਬਾਂ ਦੀਆਂ ਭਲਾਈ ਯੋਜਨਾਵਾਂ ਸੀ ਉਹ ਵੀ ਸਾਰੀਆਂ ਯੋਜਨਾਵਾਂ ਜਿਹੜੀਆਂ ਬੰਦ ਕਰ ਦਿੱਤੀਆਂ ਨੇ। ਅੱਜ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਪੰਜਾਬ 'ਚ ਨਹੀਂ ਹੋ ਰਹੀ। ਲੋਕ ਮਨ ਬਣਾ ਚੁੱਕੇ ਨੇ ਕਿ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਪੰਜਾਬ 'ਚ ਬਣਾਉਣੀ ਆ, ਅਤੇ ਅੱਜ ਇਹ ਜਿਹੜੀ 22 ਇਲੈਕਸ਼ਨ ਤਲਵਾੜਾ ਵਿਖੇ ਵਾਰਡ ਨੰਬਰ 1 'ਚ ਹੋ ਰਹੀ ਆ, ਅੱਜ ਲੋਕਾਂ ਦਾ ਤੁਸੀਂ ਉਤਸ਼ਾਹ ਠਾਠਾਂ ਮਾਰਦਾ ਜਿਹੜਾ ਉਤਸ਼ਾਹ ਹੈ ਉਹ ਇਸ ਗੱਲ ਦਾ ਸਬੂਤ ਹੈ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਨੇ ਕਾਂਗਰਸ ਨੂੰ ਮੂੰਹ ਨਹੀਂ ਲਾਉਣਾ ਅਤੇ BJP ਜੋ ਹੈ ਉਹ ਤਾਂ ਪਹਿਲਾਂ ਹੀ ਬਿਲਕੁਲ ਹੀ, ਕਿਉਂਕਿ ਉਹ ਜਿਸ ਤਰ੍ਹਾਂ ਦੇਸ਼ ਵੇਚਣ 'ਤੇ ਤੁਰੇ ਹੋਏ ਨੇ, BJP ਦੇ ਤੋਂ ਲੋਕ ਪੰਜਾਬ ਦੇ ਲੋਕ ਪਹਿਲਾਂ ਹੀ ਕਿਨਾਰਾ ਕਰ ਚੁੱਕੇ ਨੇ। BJP ਦਾ ਆਉਣ ਵਾਲੇ ਸਮੇਂ 'ਚ ਕੋਈ ਬੂਥ ਵੀ ਨਹੀਂ ਲੱਗੇਗਾ, ਮੈਂ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ, ਕਿਉਂਕਿ ਇਸ ਇਲਾਕੇ 'ਚ ਕਿਸਾਨਾਂ ਦਾ ਜਿੱਦਾਂ ਹਾਲ ਹੋਇਆ, ਗਰੀਬਾਂ ਦਾ ਮਜ਼ਲੂਮਾਂ ਦਾ ਜੋ ਹਾਲ ਹੋਇਆ ਉਸ ਤਹਿਤ ਅੱਜ BJP ਨੂੰ ਵੀ ਲੋਕ ਮੂੰਹ ਨਹੀਂ ਲਾਉਣਗੇ। ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ ਅਤੇ ਅੱਜ ਲੋਕ ਸਮਝਦੇ ਨੇ, ਚਾਹੁੰਦੇ ਵੀ ਨੇ ਕਿ ਜੋ ਬਾਦਲ ਸਰਕਾਰ ਨੇ ਗਰੀਬਾਂ ਦੀਆਂ ਭਲਾਈ ਯੋਜਨਾਵਾਂ, ਭਾਵੇਂ ਆਟਾ ਦਾਲ ਸਕੀਮ ਕਹਿ ਲਓ, ਬੁਢਾਪਾ ਪੈਨਸ਼ਨ ਕਹਿ ਲਓ, ਭਾਵੇਂ ਸ਼ਗਨ ਸਕੀਮ ਕਹਿ ਲਓ, ਸਾਰੀਆਂ ਸਕੀਮਾਂ ਜਿਹੜੀਆਂ ਉਹ ਠੱਪ ਹੋਈਆਂ ਉਹ ਦੁਬਾਰਾ ਤਾਂ ਹੀ ਚਾਲੂ ਹੋ ਸਕਦੀਆਂ ਜੇ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਏਗੀ। ਸੋ ਇਸ ਗੱਲ ਕਰਕੇ ਲੋਕ ਉਤਸ਼ਾਹਿਤ ਨੇ। ਇਸ ਵਾਰਡ 'ਚ ਵੀ ਜਿਹੜੇ ਸਾਬਕਾ MC ਨੇ ਇਹਨਾਂ ਨੇ ਵੀ ਕੱਖ ਨਹੀਂ ਕੀਤਾ, ਜਿਹੜੇ ਡਿਵੈਲਪਮੈਂਟ ਸਾਡੀ ਸਰਕਾਰ ਵੇਲੇ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਹੋਈ ਆ ਉਹ ਹੋਈ ਆ, ਇਹਨਾਂ ਨੇ ਤਾਂ ਇੱਕ ਲਾਈਟ ਵੀ ਨਹੀਂ ਲਾਈ ਇੱਥੇ, ਇੱਕ ਕਿਤੇ ਇੱਕ ਇੱਟ ਵੀ ਨਹੀਂ ਲਾਈ ਇਸ ਵਾਰਡ 'ਚ, ਇਹਨਾਂ ਨੇ ਇੱਕ ਰੁਪਈਏ ਦਾ ਕੰਮ ਇਸ ਵਾਰਡ 'ਚ ਨਹੀਂ ਕੀਤਾ। ਇਹ ਵੀ ਲੋਕ ਜਾਣਦੇ ਨੇ, ਇਸ ਵਾਰਡ ਦੇ ਜਿਹੜੇ ਲੋਕਾਂ ਦੇ ਕੰਮ ਨੇ ਉਹ ਵੀ ਆਪਾਂ ਸਾਡਾ ਉਮੀਦਵਾਰ ਜੇ ਸ਼੍ਰੋਮਣੀ ਅਕਾਲੀ ਦਲ ਦਾ ਸਾਰੇ ਜਿਤਾਉਣਗੇ, ਆਪਾਂ ਇਸ ਵਾਰਡ ਦੇ ਵਿਕਾਸ ਜਿਹੜੇ ਆ ਉਹ ਪੂਰੀ ਤਹਿ ਦਿਲੀ ਨਾਲ ਇਮਾਨਦਾਰੀ ਨਾਲ ਕਰਾਂਗੇ। ਸੋ ਲੋਕਾਂ ਦਾ ਜਿਹੜਾ ਭਰਪੂਰ ਸਮਰਥਨ ਮਿਲ ਰਿਹਾ, ਇਸ ਕਰਕੇ ਆਪਾਂ ਲੋਕਾਂ ਸਾਰੇ ਵਾਰਡ ਵਾਸੀਆਂ ਦੇ ਇਲਾਕਾ ਨਿਵਾਸੀਆਂ ਦੇ ਸਾਰਿਆਂ ਦੇ ਰਿਣੀ ਹਾਂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਹਾਂ। ਸੋ ਆਸ ਕਰਦੇ ਹਾਂ ਕਿ 14 ਤਰੀਕ ਨੂੰ ਸਾਰੇ ਲੋਕ ਤੱਕੜੀ ਦੇ ਚੋਣ ਨਿਸ਼ਾਨ 'ਤੇ ਆਪਣਾ ਬਟਨ ਦਬਾ ਕੇ ਸਾਡੇ ਉਮੀਦਵਾਰ ਨੂੰ ਕਾਮਯਾਬ ਕਰਨਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।